ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਸੱਚੇ ਤੇ ਸਮਰਥੀ ਪਰਮੇਸ਼ਵਰ ਜੀ, ਪ੍ਰਭੂ ਜੀ, ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਮਹਾਨ ਪਰਮੇਸ਼ਵਰ ਜੀ, ਅੱਜ ਦੇ ਇਸ ਸੁੰਦਰ ਸਮੇਂ ਦੇ ਲਈ ਪ੍ਰਭੂ ਜੀ, ਜੋ ਤੁਸੀਂ ਆਪਣੇ ਬੱਚਿਆਂ ਦੇ ਲਈ ਠਹਿਰਾਇਆ ਮੇਰੇ ਮਹਾਨ ਪਰਮੇਸ਼ਵਰ ਜੀ। ਪਵਿੱਤਰ ਆਤਮਾ ਜੀ, ਮੈਂ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਪ੍ਰਭੂ ਜੀ, ਸੱਚਮੁੱਚ ਤੁਸੀਂ ਸਾਨੂੰ ਸਭ ਨੂੰ ਖੁਦਾਵੰਦ ਇਸ ਯੋਗ ਸਮਝਿਆ ਕਿ ਪ੍ਰਭੂ ਅਸੀਂ ਅੱਜ ਇਸ ਸੁੰਦਰ ਅਤੇ ਪਵਿੱਤਰ ਦਿਨ ਨੂੰ ਦੇਖ ਸਕੀਏ ਮੇਰੇ ਮਹਾਨ ਪਰਮੇਸ਼ਵਰ ਜੀ। ਪਵਿੱਤਰ ਆਤਮਾ ਜੀ, ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਕਿ ਪ੍ਰਭੂ ਸੱਚਮੁੱਚ ਤੁਸੀਂ ਸਾਨੂੰ ਸਭ ਨੂੰ ਖੁਦਾਵੰਦ ਆਪਣੀ ਦਇਆ ਅਤੇ ਕਿਰਪਾ ਦੇ ਨਾਲ ਪ੍ਰਭੂ ਜੀ ਇਸ ਪ੍ਰਾਰਥਨਾ ਦੇ ਵਿੱਚ ਇਕੱਠਿਆਂ ਕੀਤਾ, ਸ਼ਾਮਿਲ ਕੀਤਾ ਪ੍ਰਭੂ ਜੀ, ਇੱਕ ਚੰਗਿਆਈ ਇੱਕ ਬਰਕਤ ਦੇਣ ਦੇ ਲਈ। ਮੇਰੇ ਜ਼ਿੰਦਾ ਪ੍ਰਭੂ, ਸਾਨੂੰ ਚੰਗਿਆਈ ਅਤੇ ਬਰਕਤਾਂ ਦੇਣ ਵਾਲੇ ਜ਼ਿੰਦਾ ਯਹੋਵਾ ਪ੍ਰਭੂ ਤੁਸੀਂ ਹੋ। ਖੁਦਾ ਬਾਪ, ਸੱਚਮੁੱਚ ਤੁਹਾਡੇ ਕੋਲੋਂ ਹੀ ਸਾਨੂੰ ਆਸ਼ੀਸ਼ਾਂ ਅਤੇ ਬਰਕਤਾਂ ਮਿਲਦੀਆਂ ਹਨ। ਮੇਰੇ ਜ਼ਿੰਦਾ ਖੁਦਾ, ਤੁਸੀਂ ਮਹਾਨ ਹੋ ਪ੍ਰਭੂ ਜੀ। ਤੁਹਾਡੇ ਕੰਮ ਸਾਡੇ ਜੀਵਨਾਂ ਦੇ ਵਿੱਚ ਬਹੁਤ ਵੱਡੇ ਅਤੇ ਅਦਭੁਤ ਹਨ ਪ੍ਰਭੂ ਜੀ। ਤੁਸੀਂ ਦਇਆ ਦੇ ਸਾਗਰ ਹੋ, ਤੁਹਾਡੇ ਅੰਦਰ ਖੁਦਾਵੰਦ ਹਮੇਸ਼ਾ ਤੁਹਾਡੇ ਬੱਚਿਆਂ ਦੇ ਲਈ ਰਹਿਮ ਭਰਿਆ ਰਹਿੰਦਾ ਹੈ ਮੇਰੇ ਮਹਾਨ ਪਰਮੇਸ਼ਵਰ ਜੀ। ਖੁਦਾ ਬਾਪ, ਸੱਚਮੁੱਚ ਤੁਸੀਂ ਹਮੇਸ਼ਾ ਸਾਨੂੰ ਆਪਣੇ ਸਵਰਗ ਦੂਤਾਂ ਦੇ ਨਾਲ ਸੰਭਾਲ ਕੇ ਰੱਖਦੇ ਹੋ। ਆਪਣੇ ਪਵਿੱਤਰ ਫਤਿਹਮੰਦ ਸੱਜੇ ਹੱਥ ਨੂੰ ਪ੍ਰਭੂ ਜੀ, ਤੁਸੀਂ ਹਮੇਸ਼ਾ ਸਾਡਿਆਂ ਸਿਰਾਂ ਦੇ ਉੱਪਰ ਰੱਖਦੇ ਹੋ। ਖੁਦਾ ਬਾਪ, ਅੰਧਕਾਰ ਦੀਆਂ ਤਾਕਤਾਂ ਨੂੰ ਤੁਸੀਂ ਹਮੇਸ਼ਾ ਖਤਮ ਕਰਦੇ ਸੀ, ਕਿਉਂ ਜੋ ਤੁਹਾਡੇ ਪਵਿੱਤਰ ਕਲਾਮ 'ਚ ਲਿਖਿਆ ਕਿ ਤੁਸੀਂ ਪ੍ਰਭੂ ਸਾਡੇ ਨਾਲ ਬਹੁਤ ਵਧੀਕ ਪ੍ਰੇਮ ਕਰਦੇ ਸੀ। ਔਰ ਪ੍ਰਭੂ, ਸੱਚਮੁੱਚ ਤੁਹਾਡਾ ਪ੍ਰੇਮ ਨਿਸਵਾਰਥ ਪ੍ਰੇਮ ਹੈ ਮੇਰੇ ਮਹਾਨ ਪਰਮੇਸ਼ਵਰ ਜੀ। ਮੇਰੇ ਜ਼ਿੰਦਾ ਖੁਦਾ, ਸੱਚਮੁੱਚ ਮੈਂ ਤੁਹਾਡਾ ਧੰਨਵਾਦ ਕਰਦਾ ਪ੍ਰਭੂ ਜੀ। ਖੁਦਾ ਬਾਪ, ਅਸੀਂ ਆਪਣੀ ਇੱਛਾ ਜਾਂ ਫਿਰ ਆਪਣੀ ਮਰਜ਼ੀ ਦੇ ਨਾਲ ਇਸ ਪ੍ਰਾਰਥਨਾ ਦੇ ਵਿੱਚ ਇਕੱਠੇ ਨਹੀਂ ਹੋਏ, ਬਲਕਿ ਪ੍ਰਭੂ ਜੀ, ਇਹ ਤੁਹਾਡਾ ਪ੍ਰੇਮ ਅਤੇ ਤੁਹਾਡਾ ਪਵਿੱਤਰ ਆਤਮਾ ਹੈ ਜੋ ਤੁਸੀਂ ਸਾਨੂੰ ਸਭ ਨੂੰ ਇਕੱਠਿਆਂ ਕੀਤਾ ਮੇਰੇ ਮਹਾਨ ਪਰਮੇਸ਼ਵਰ ਜੀ। ਮੇਰੇ ਜ਼ਿੰਦਾ ਪ੍ਰਭੂ, ਸੱਚਮੁੱਚ ਤੁਹਾਡੇ ਪਵਿੱਤਰ ਕਲਾਮ 'ਚ ਲਿਖੇ ਜੋ ਵੀ ਵਾਅਦੇ ਪ੍ਰਭੂ ਤੁਸੀਂ ਸਾਡੇ ਨਾਲ ਕੀਤੇ ਹਨ ਉਹ ਸੱਚੇ ਹਨ ਮੇਰੇ ਮਹਾਨ ਪ੍ਰਭੂ। ਤੁਸੀਂ ਕਿਹਾ ਹੈ ਕਿ ਜਿੱਥੇ ਦੋ ਜਾਂ ਦੋ ਤੋਂ ਵੱਧ ਮੇਰੇ ਨਾਮ ਦੇ ਵਿੱਚ ਇਕੱਠੇ ਹੁੰਦੇ ਹਨ, ਮੇਰਾ ਪਵਿੱਤਰ ਆਤਮਾ ਉਸ ਜਗ੍ਹਾ ਦੇ ਉੱਪਰ ਮੌਜੂਦ ਹੁੰਦਾ ਹੈ। ਖੁਦਾ ਬਾਪ, ਅਸੀਂ ਅੱਜ ਸਭ ਵਿਸ਼ਵਾਸ ਕਰਦੇ ਹਾਂ ਕਿ ਤੁਹਾਡਾ ਪਵਿੱਤਰ ਆਤਮਾ ਅੱਜ ਇਸ ਜਗ੍ਹਾ ਦੇ ਉੱਪਰ ਮੌਜੂਦ ਹੈ। ਸਾਡੀ ਪ੍ਰਾਰਥਨਾ ਨੂੰ, ਸਾਡੀ ਬੇਨਤੀ ਨੂੰ ਸੁਣ ਕੇ ਪੂਰਿਆਂ ਕਰਨ ਦੇ ਲਈ ਮੇਰੇ ਮਹਾਨ ਪ੍ਰਭੂ, ਸੱਚਮੁੱਚ ਤੁਸੀਂ ਹਮੇਸ਼ਾ ਸਾਡੀ ਆਵਾਜ਼ ਨੂੰ ਖੁਦਾਵੰਦ ਕੰਨ ਲਾ ਕੇ ਸੁਣਦੇ ਹੋ ਪ੍ਰਭੂ ਜੀ। ਤੁਹਾਡੇ ਪਵਿੱਤਰ ਵਚਨ 'ਚ ਲਿਖਿਆ ਕਿ ਤੂੰ ਦੁੱਖ ਦੇ ਵੇਲੇ ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦੇਵਾਂਗਾ। ਪ੍ਰਭੂ, ਤੁਸੀਂ ਚਾਹੁੰਦੇ ਹੋ ਤੁਹਾਡੇ ਬੇਟੇ ਅਤੇ ਤੁਹਾਡੀਆਂ ਬੇਟੀਆਂ ਤੁਹਾਨੂੰ ਪੁਕਾਰਨ, ਦੁੱਖ ਦੇ ਵੇਲੇ ਤੁਹਾਨੂੰ ਪੁਕਾਰਨ ਅਤੇ ਆਪਣੇ ਦੁੱਖਾਂ ਤੋਂ ਆਜ਼ਾਦ ਹੋ ਜਾਣ, ਕਿਉਂ ਜੋ ਪ੍ਰਭੂ, ਸੱਚਮੁੱਚ ਤੁਸੀਂ ਆਵਾਜ਼ ਨੂੰ ਸਾਡੀ ਨੂੰ, ਸਾਡੀ ਪੁਕਾਰ ਨੂੰ, ਸਾਡੀ ਪ੍ਰਾਰਥਨਾ ਨੂੰ ਹਮੇਸ਼ਾ ਸੁਣਦੇ ਸੀ, ਕਿਉਂ ਜੋ ਪ੍ਰਭੂ, ਤੁਸੀਂ ਇੱਕ ਮਾਤਰ ਜੀਵਿਤ ਪਰਮੇਸ਼ੁਰ ਹੋ ਮੇਰੇ ਮਹਾਨ ਪ੍ਰਭੂ ਜੀ। ਪਵਿੱਤਰ ਆਤਮਾ ਜੀ, ਮੈਂ ਤੁਹਾਡਾ ਧੰਨਵਾਦ ਕਰਦਾ ਕਿ ਪ੍ਰਭੂ ਤੁਸੀਂ ਹਰ ਰੋਜ਼ ਸਾਨੂੰ ਖਾਣ ਦੇ ਲਈ ਭੋਜਨ ਦਿੰਦੇ ਹੋ, ਪਹਿਨਣ ਦੇ ਲਈ ਪ੍ਰਭੂ ਜੀ ਸਾਨੂੰ ਕੱਪੜੇ ਦਿੰਦੇ ਹੋ, ਸੁੰਦਰ ਸਾ ਖੁਦਾ ਬਾਪ ਜੋ ਕੇਵਲ ਸਾਨੂੰ ਤੁਹਾਡੇ ਵੱਲੋਂ ਮਿਲਦੇ ਹਨ ਮੇਰੇ ਮਹਾਨ ਪ੍ਰਭੂ। ਮੈਂ ਤੁਹਾਡਾ ਧੰਨਵਾਦ ਕਰਦਾ ਕਿ ਪ੍ਰਭੂ ਸੱਚਮੁੱਚ ਬੀਤੇ ਸਮੇਂ 'ਚ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਸਾਡੇ ਪਰਿਵਾਰ ਨੂੰ ਸੰਭਾਲਿਆ
ਪ੍ਰਭੂ ਜੀ ਬੱਚਿਆਂ ਨੂੰ ਸੰਭਾਲਿਆ। ਰਾਹਾਂ ਦੇ ਵਿੱਚ ਮੇਰੇ ਜ਼ਿੰਦਾ ਖੁਦਾ ਤੁਸੀਂ ਸਾਡੀ ਮਦਦ ਅਤੇ ਸਹਾਇਤਾ ਕੀਤੀ। ਦੁਸ਼ਟ ਦੀਆਂ ਹਰੇਕ ਚਾਲਾਂ ਨੂੰ ਪ੍ਰਭੂ ਤੁਸੀਂ ਸਾਡੇ ਰਾਹਾਂ ਦੇ ਵਿੱਚੋਂ ਖਤਮ ਕੀਤਾ। ਮੈਂ ਤੁਹਾਡਾ ਦਿਲ ਤੋਂ ਪ੍ਰਭੂ ਜੀ ਧੰਨਵਾਦ ਕਰਦਾ ਮੇਰੇ ਮਹਾਨ ਪਰਮੇਸ਼ੁਰ ਜੀ, ਮੇਰੇ ਜ਼ਿੰਦਾ ਖੁਦਾ ਸੱਚਮੁੱਚ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਪ੍ਰਭੂ ਰਾਤ ਭਰ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਪ੍ਰਭੂ ਜੀ ਮਿੱਠੀ ਅਤੇ ਪਿਆਰੀ ਨੀਂਦ ਦੇ ਕੇ। ਔਰ ਪ੍ਰਭੂ ਅੱਜ ਤੁਸੀਂ ਆਪਣੇ ਵਾਅਦੇ ਦੇ ਅਨੁਸਾਰ ਸਾਨੂੰ ਉਸ ਮਿੱਠੀ ਨੀਂਦ ਤੋਂ ਜਗਾਇਆ ਔਰ ਇਸ ਸੁੰਦਰ ਅਤੇ ਪਵਿੱਤਰ ਦਿਨ ਨੂੰ ਦਿਖਾਇਆ ਪ੍ਰਭੂ, ਜਿਸ ਨੂੰ ਤੁਸੀਂ ਖੁਦਾਵੰਦ ਆਪਣੇ ਮਹਾਨ ਹੁਕਮਾਂ ਦੇ ਨਾਲ, ਮਹਾਨ ਸ਼ਬਦਾਂ ਦੇ ਨਾਲ ਰਚਿਆ ਸੀ। ਪ੍ਰਭੂ ਸੱਚਮੁੱਚ ਤੁਸੀਂ ਕਿਹਾ ਉਜਾਲਾ ਹੋ ਜਾਏ, ਧਰਤੀ ਦੇ ਉੱਪਰ ਚਾਨਣ ਹੋਇਆ, ਪ੍ਰਭੂ ਤੁਸੀਂ ਉਸਨੂੰ ਦਿਨ ਆਖਿਆ। ਮੇਰੇ ਜ਼ਿੰਦਾ ਖੁਦਾ ਬਹੁਤ ਸਾਰੇ ਲੋਕ ਇਸ ਦਿਨ ਦਾ ਆਨੰਦ ਨਹੀਂ ਮਾਣ ਸਕੇ, ਇਸ ਦਿਨ ਦੇ ਵਿੱਚ ਸ਼ਾਮਲ ਨਹੀਂ ਹੋ ਸਕੇ, ਪਰ ਪ੍ਰਭੂ ਤੁਸੀਂ ਸੱਚਮੁੱਚ ਆਪਣੀ ਵੱਡੀ ਕਿਰਪਾ ਅਤੇ ਵੱਡੀ ਦਇਆ ਸਾਡੇ ਉੱਪਰ ਕੀਤੀ। ਅਸੀਂ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਮੇਰੇ ਮਹਾਨ ਪਰਮੇਸ਼ੁਰ ਜੀ। ਮੇਰੇ ਜ਼ਿੰਦਾ ਪ੍ਰਭੂ ਤੂੰ ਮੇਰਾ ਬਲ ਹੈ, ਤੂੰ ਮੇਰੀ ਬੁੱਧੀ ਹੈ, ਤੂੰ ਮੇਰੀ ਚਟਾਨ ਹੈ ਪ੍ਰਭੂ ਜੀ। ਤੁਸੀਂ ਸਾਡੇ ਮਸਤਕ ਨੂੰ ਖੁਦਾਵੰਦ ਹਮੇਸ਼ਾ ਉੱਚਿਆਂ ਕਰਦੇ ਹੋ, ਸਾਨੂੰ ਕਦੇ ਵੀ ਪੂਛ ਨਹੀਂ ਠਹਿਰਾਉਂਦੇ, ਸਿਰ ਠਹਿਰਾਉਂਦੇ ਜੇ ਸਭ ਜਾਤੀਆਂ ਨਾਲੋਂ ਪ੍ਰਭੂ ਤੁਸੀਂ ਸਾਨੂੰ ਉੱਚਿਆਂ ਕਰਦੇ ਹੋ ਮੇਰੇ ਮਹਾਨ ਪਰਮੇਸ਼ੁਰ ਜੀ। ਮੇਰੇ ਜ਼ਿੰਦਾ ਪ੍ਰਭੂ ਸੱਚਮੁੱਚ ਮੈਂ ਸ਼ਬਦਾਂ ਦੇ ਦੁਆਰਾ ਪ੍ਰਭੂ ਜਿੰਨੀ ਵੀ ਤੁਹਾਡੀ ਤਾਰੀਫ ਕਰ ਪਾਵਾਂ, ਜਿੰਨੀ ਵੀ ਤੁਹਾਡੀ ਮਹਿਮਾ ਕਰ ਪਾਵਾਂ ਪ੍ਰਭੂ, ਉਹ ਘੱਟ ਹੈ, ਕਿਉਂ ਜੋ ਖੁਦਾਵੰਦ ਤੁਹਾਡੇ ਉਪਕਾਰ ਅਤੇ ਤੁਹਾਡੀ ਦਇਆ ਅਤੇ ਤੁਹਾਡੀ ਸਮਰਥਾ ਬਹੁਤ ਵੱਡੀ ਅਤੇ ਅਤ ਵਧੀਕ ਹੈ ਸਾਡਿਆਂ ਜੀਵਨਾਂ ਦੇ ਵਿੱਚ। ਮੇਰੇ ਜ਼ਿੰਦਾ ਖੁਦਾ ਸੱਚਮੁੱਚ ਪ੍ਰਭੂ ਅਸੀਂ ਅੱਜ ਮਿਲ ਕੇ ਤੁਹਾਡੇ ਕੋਲੋਂ ਮਾਫ਼ੀ ਮੰਗਦੇ ਹਾਂ ਪ੍ਰਭੂ, ਅਗਰ ਬੀਤੇ ਸਮੇਂ 'ਚ ਅਸੀਂ ਤੁਹਾਡੇ ਪਵਿੱਤਰ ਕਲਾਮ ਦੇ ਵਿਰੁੱਧ ਕਿਸੇ ਤਰ੍ਹਾਂ ਦੀ ਕੋਈ ਬਦੀ, ਕੋਈ ਅਪਰਾਧ ਜਾਂ ਕੋਈ ਗੁਨਾਹ ਕਰ ਬੈਠੇ ਹੋਈਏ। ਪ੍ਰਭੂ ਤੁਹਾਡੇ ਪਵਿੱਤਰ ਵਚਨ 'ਚ ਲਿਖਿਆ ਕਿ ਜੋ ਲੋਕ ਮੂੰਹ ਤੋਂ ਅੰਗੀਕਾਰ ਕਰਕੇ ਆਪਣੇ ਹਰੇਕ ਪਾਪ ਦਾ ਪਸ਼ਚਾਤਾਪ ਕਰਦੇ ਹਨ, ਬੁਰਿਆਈ ਨੂੰ ਛੱਡਦੇ ਹਨ, ਸੱਚਮੁੱਚ ਇਕਰਾਰ ਕਰਦੇ ਹਨ ਕਿ ਯਿਸੂ ਮੇਰੇ ਪ੍ਰਭੂ ਆ, ਉਹ ਮੇਰੇ ਲਈ ਧਰਤੀ ਦੇ ਉੱਪਰ ਆਏ, ਉਹ ਮੇਰੇ ਲਈ ਮਾਰੇ ਗਏ, ਗਾੜੇ ਗਏ, ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠੇ, ਪ੍ਰਭੂ ਜੀ ਸੱਚਮੁੱਚ ਮੇਰੇ ਮਹਾਨ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਪ੍ਰਭੂ ਤੁਸੀਂ ਆਪਣੇ ਪਵਿੱਤਰ ਪਾਕ ਲਹੂ ਨੂੰ ਸਾਡੇ ਲਈ ਵਹਾਇਆ, ਜੋ ਗਲਤੀਆਂ ਗੁਨਾਹਾਂ ਦੀ ਸਜ਼ਾ ਪ੍ਰਭੂ ਸਾਡੇ ਉੱਪਰ ਆਉਣੀ ਸੀ, ਉਸ ਸਜ਼ਾ ਨੂੰ ਖੁਦਾਵੰਦ ਤੁਸੀਂ ਆਪਣੇ ਉੱਪਰ ਲੈ ਕੇ ਸਾਨੂੰ ਹਮੇਸ਼ਾ ਹਮੇਸ਼ਾ ਦੇ ਲਈ ਆਜ਼ਾਦ ਕੀਤਾ, ਇਸ ਆਜ਼ਾਦੀ ਵਾਲੇ ਜੀਵਨ ਦੇ ਲਈ ਪ੍ਰਭੂ ਜੀ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਮੇਰੇ ਮਹਾਨ ਪਰਮੇਸ਼ੁਰ ਜੀ। ਮੇਰੀ ਜ਼ਿੰਦਾ ਖੁਦਾ ਸੱਚਮੁੱਚ ਪ੍ਰਭੂ ਅੱਜ ਜੋ ਵੀ ਲੋਕ ਪ੍ਰਭੂ ਇਸ ਪ੍ਰਾਰਥਨਾ ਦੇ ਵਿੱਚ ਸ਼ਾਮਲ ਹਨ ਜਾਂ ਇਸ ਪ੍ਰਾਰਥਨਾ ਨੂੰ ਪ੍ਰਭੂ ਜੀ ਇੱਕ ਮਨ ਇੱਕ ਚਿੱਤ ਲਾ ਕੇ ਖੁਦਾਵੰਦ ਸੁਣ ਰਹੇ ਹਨ, ਮੇਰੀ ਜ਼ਿੰਦਾ ਪ੍ਰਭੂ ਅੱਜ ਮੈਂ ਹਰੇਕ ਦੇ ਜੀਵਨ ਦੇ ਲਈ ਪ੍ਰਾਰਥਨਾ ਕਰਦਾ ਪ੍ਰਭੂ, ਤੁਹਾਡਾ ਆਤਮਾ ਇਸ ਪ੍ਰਾਰਥਨਾ ਦੇ ਦੌਰਾਨ ਇਹਨਾਂ ਦੀ ਹਰੇਕ ਜ਼ਰੂਰਤ ਨੂੰ ਪੂਰੀਆਂ ਕਰੇ ਮੇਰੀ ਜ਼ਿੰਦਾ ਖੁਦਾ ਸੱਚਮੁੱਚ। ਪ੍ਰਭੂ ਇਹ ਲੋਕ ਹਮੇਸ਼ਾ ਤੁਹਾਡੇ ਕੋਲੋਂ ਮੰਗਣ ਵਾਲੇ ਬਣ ਜਾਣ ਮੇਰੀ ਜ਼ਿੰਦਾ ਖੁਦਾ ਸੱਚਮੁੱਚ, ਜੋ ਤੁਹਾਡੇ ਕੋਲੋਂ ਮੰਗਦੇ ਹਨ ਪ੍ਰਭੂ ਆਪਣੀ ਜ਼ਰੂਰਤ ਨੂੰ, ਉਹ ਕਦੇ ਵੀ ਲੱਜਿਆਵਾਨ ਨਹੀਂ ਹੁੰਦੇ, ਉਹ ਕਦੇ ਵੀ ਸ਼ਰਮਿੰਦੇ ਨਹੀਂ ਹੁੰਦੇ ਮੇਰੇ ਮਹਾਨ ਪਰਮੇਸ਼ੁਰ ਜੀ। ਖੁਦਾ ਬਾਪ ਸੱਚਮੁੱਚ ਜੋ ਲੋਕ ਇਨਸਾਨਾਂ ਦੇ ਕੋਲੋਂ ਮੰਗਦੇ ਹਨ ਪ੍ਰਭੂ ਸੱਚਮੁੱਚ ਦੁੱਖਾਂ ਦੇ ਵਿੱਚ ਫਿਰ ਗਿਰ ਜਾਂਦੇ ਹਨ, ਮੇਰੇ ਮਹਾਨ ਖੁਦਾ ਤੁਸੀਂ ਕਿਹਾ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ। ਮੇਰੀ ਜ਼ਿੰਦਾ ਖੁਦਾ ਸੱਚਮੁੱਚ ਖੁਦਾ ਬਾਪ ਜਿਸ ਤਰ੍ਹਾਂ
ਜਾਂ ਹਿਜਕੀਏਲ ਨੇ ਤੁਹਾਡੇ ਕੋਲੋਂ ਮੰਗਿਆ ਔਰ ਪਰਮੇਸ਼ੁਰ ਸੱਚਮੁੱਚ ਤੁਸੀਂ ਉਹਦੀ ਉਮਰ ਨੂੰ ਵਧਾਇਆ ਮੇਰੀ ਮਹਾਨ ਪਰਮੇਸ਼ੁਰ ਜੀ। ਸੁਲੇਮਾਨ ਨੇ ਪ੍ਰਭੂ ਤੁਹਾਡੇ ਕੋਲੋਂ ਮੰਗਿਆ ਔਰ ਤੁਸੀਂ ਉਸਨੂੰ ਬੁੱਧ ਦਿੱਤੀ ਮੇਰੇ ਮਹਾਨ ਪਰਮੇਸ਼ੁਰ ਜੀ। ਕਿਉਂ ਜੋ ਖੁਦਾ ਬਾਬ ਸੱਚਮੁੱਚ ਤੁਸੀਂ ਮੰਗਣ ਵਾਲੇ ਨੂੰ ਖੁਦਾ ਬਾਬ ਹਮੇਸ਼ਾ ਦਿੰਦੇ ਜੇ। ਤੁਹਾਡੇ ਵਚਨ ਮਤੀ 7:11 ਦੇ ਵਿੱਚ ਲਿਖਿਆ, ਜੇ ਤੁਸੀਂ ਬੁਰੇ ਹੋ ਕੇ ਆਪਣੇ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਕਿੰਨਾ ਵਧੀਕ ਤੁਹਾਡਾ ਸਵਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਵਸਤਾਂ ਦੇਵੇਗਾ। ਪ੍ਰਭੂ ਸੱਚਮੁੱਚ ਤੁਸੀਂ ਕਿਹਾ ਜੇ ਇੱਕ ਇਨਸਾਨ ਬੁਰਾ ਹੋ ਕੇ ਵੀ ਆਪਣੇ ਬੱਚਿਆਂ ਨੂੰ ਚੰਗੀਆਂ ਵਸਤਾਂ ਦੇਣੀਆਂ ਜਾਣਦਾ ਹੈ ਤਾਂ ਪਰਮੇਸ਼ੁਰ ਤੁਸੀਂ ਪਵਿੱਤਰ ਹੋ। ਸੱਚਮੁੱਚ ਤੁਸੀਂ ਹਮੇਸ਼ਾ ਆਪਣੇ ਬੱਚਿਆਂ ਦੇ ਲਈ ਉੱਤਮ ਅਤੇ ਪਵਿੱਤਰ ਵਸਤਾਂ ਠਹਿਰਾਈਆਂ ਹੋਈਆਂ ਹਨ ਮੇਰੇ ਮਹਾਨ ਪਰਮੇਸ਼ੁਰ ਜੀ। ਮੇਰੀ ਜ਼ਿੰਦਾ ਖੁਦਾ ਸੱਚਮੁੱਚ ਤੁਹਾਡੇ ਵਚਨ ਰੋਮੀਆਂ 8:32 ਦੇ ਵਿੱਚ ਲਿਖਿਆ, ਜਿਹਨੇ ਆਪਣੇ ਹੀ ਪੁੱਤਰ ਦਾ ਵੀ ਸਰਫਾ ਨਾ ਕੀਤਾ ਸਗੋਂ ਉਸਨੂੰ ਅਸਾਂ ਸਭਨਾਂ ਦੇ ਲਈ ਦੇ ਦਿੱਤਾ, ਸੋ ਉਹਦੇ ਨਾਲ ਸਾਰੀਆਂ ਵਸਤਾਂ ਵੀ ਸਾਨੂੰ ਕਿਉਂ ਕਰਨਾ ਬਖਸ਼ੇਗਾ। ਖੁਦਾ ਬਾਬ ਸੱਚਮੁੱਚ ਤੁਸੀਂ ਸਾਨੂੰ ਪ੍ਰਭੂ ਇਸ ਧਰਤੀ ਦੀਆਂ ਸਹੂਲਤਾਂ ਨੂੰ ਦੇਣ ਦੇ ਲਈ ਧਰਤੀ ਦੇ ਉੱਪਰ ਆਏ ਮੇਰੇ ਮਹਾਨ ਪਰਮੇਸ਼ੁਰ ਜੀ, ਸਾਡੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੇ ਲਈ। ਖੁਦਾ ਬਾਬ ਸੱਚਮੁੱਚ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਕਿ ਤੁਸੀਂ ਬੜੇ ਅਤ ਮਹਾਨ ਪਰਮੇਸ਼ੁਰ ਜੀ। ਤੁਹਾਡੇ ਵਚਨ ਜੀ ਲਿਖਿਆ ਕਿ ਮੂਸਾ ਜਦ ਵੀ ਇਜ਼ਰਾਈਲੀਆਂ ਦੇ ਲਈ ਹੱਥਾਂ ਨੂੰ ਉਠਾਉਂਦਾ ਸੀ ਇਜ਼ਰਾਈਲੀ ਜੰਗਾਂ ਨੂੰ ਜਿੱਤਣ ਲੱਗ ਜਾਂਦੇ ਸੀ। ਪ੍ਰਭੂ ਅੱਜ ਮੈਂ ਦੋਨੋਂ ਹੱਥ ਉਠਾ ਕੇ ਤੁਹਾਡੇ ਕੋਲੋਂ ਮੰਗਦਾ ਪਰਮੇਸ਼ੁਰ ਤੁਹਾਡੇ ਬੱਚਿਆਂ ਦੀ ਹਰੇਕ ਜ਼ਰੂਰਤ ਅੱਜ ਪੂਰੀ ਹੋ ਜਾਵੇ, ਜਿਨ੍ਹਾਂ ਨੂੰ ਵੀਜ਼ੇ ਦੀ ਜ਼ਰੂਰਤ ਉਹ ਜ਼ਰੂਰਤ ਪੂਰੀ ਹੋ ਜਾਵੇ, ਜਿਨ੍ਹਾਂ ਨੂੰ ਨੌਕਰੀ ਦੀ ਜ਼ਰੂਰਤ ਹੈ ਪ੍ਰਭੂ ਤੁਹਾਡਾ ਆਤਮਾ ਸੱਚਮੁੱਚ ਉਹਨਾਂ ਦੀ ਨੌਕਰੀ ਨੂੰ ਪੂਰੀਆਂ ਕਰੇ ਮੇਰੇ ਜ਼ਿੰਦਾ ਪਰਮੇਸ਼ੁਰ ਜੀ। ਕਿਉਂ ਜੋ ਤੁਹਾਡੇ ਵਚਨ ਮਤੀ 7:7 'ਚ ਲਿਖਿਆ, ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਢੂੰਡੋ ਤਾਂ ਤੁਹਾਨੂੰ ਲੱਭੇਗਾ, ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਖੁਦਾ ਜੋ ਇਨਸਾਨ ਤੁਹਾਡੇ ਕੋਲੋਂ ਮੰਗਦਾ ਹੈ ਪ੍ਰਭੂ ਸੱਚਮੁੱਚ ਉਹਨੂੰ ਮਿਲਦਾ ਹੈ, ਜੋ ਤੁਹਾਡੇ ਕੋਲੋਂ ਲੱਭਦਾ ਹੈ ਪ੍ਰਭੂ ਸੱਚਮੁੱਚ ਉਹ ਪਾ ਲੈਂਦਾ ਹੈ। ਖੁਦਾ ਜੋ ਤੁਹਾਡੇ ਦੁਆਰ ਨੂੰ ਖੜਕਾਉਂਦਾ ਹੈ ਮੇਰੀ ਮਹਾਨ ਪਰਮੇਸ਼ੁਰ ਜੀ। ਪ੍ਰਭੂ ਸੱਚਮੁੱਚ ਤੁਹਾਡੇ ਵਚਨ 'ਚ ਲਿਖਿਆ, ਤੁਸੀਂ ਹਮੇਸ਼ਾ ਉਹਦੇ ਲਈ ਆਪਣੀ ਹਰੇਕ ਦੁਆਰ ਨੂੰ ਖੋਲ੍ਹ ਦਿੰਦੇ ਜੇ ਤਾਂ ਜੋ ਤੁਹਾਡੇ ਬੱਚੇ ਆਸ਼ੀਸ਼ਾਂ ਅਤੇ ਬਰਕਤਾਂ ਪ੍ਰਾਪਤ ਕਰ ਸਕਣ ਮੇਰੇ ਜ਼ਿੰਦਾ ਪਰਮੇਸ਼ੁਰ ਜੀ। ਕਿਉਂ ਜੋ ਪ੍ਰਭੂ ਤੁਹਾਡੇ ਵਚਨ ਮਤੀ 6:32 ਦੇ ਵਿੱਚ ਲਿਖਿਆ, ਕਿਉਂ ਜੋ ਤੁਹਾਡਾ ਸਵਰਗੀ ਪਿਤਾ ਜਾਣਦਾ ਹੈ ਜੋ ਤੁਹਾਨੂੰ ਇਹਨਾਂ ਸਭਨਾਂ ਵਸਤਾਂ ਦੀ ਲੋੜ ਹੈ। ਪ੍ਰਭੂ ਤੁਸੀਂ ਅੱਜ ਹਰੇਕ ਇਨਸਾਨ ਦੀ ਜ਼ਰੂਰਤ ਨੂੰ ਜਾਣਦੇ ਜੇ ਮੇਰੀ ਜ਼ਿੰਦਾ ਪਰਮੇਸ਼ੁਰ ਜੀ। ਪ੍ਰਭੂ ਤੁਹਾਡਾ ਆਤਮਾ ਜਾਣਦਾ ਹੈ ਹਰੇਕ ਦੀ ਜ਼ਰੂਰਤ ਨੂੰ। ਖੁਦਾਬਾ ਮੈਂ ਪ੍ਰਾਰਥਨਾ ਕਰਦਾ ਪਰਮੇਸ਼ੁਰ ਕਦੇ ਵੀ ਕਿਸੇ ਇਨਸਾਨ ਦੇ ਕੋਲੋਂ ਨਾ ਮੰਗਣ, ਬਲਕਿ ਪਰਮੇਸ਼ੁਰ ਤੁਹਾਡੇ ਕੋਲੋਂ ਮੰਗਣ ਮੇਰੇ ਜ਼ਿੰਦਾ ਖੁਦਾ ਜੀ, ਤਾਂ ਜੋ ਖੁਦਾ ਬਾਬੇ ਕਦੇ ਵੀ ਲੱਜਾਵਾਨ ਨਾ ਹੋਣ, ਤਾਂ ਜੋ ਪਰਮੇਸ਼ੁਰ ਕਦੇ ਵੀ ਸ਼ਰਮਿੰਦੇ ਨਾ ਹੋਣ ਮੇਰੇ ਜ਼ਿੰਦਾ ਪਰਮੇਸ਼ੁਰ ਜੀ। ਤੁਹਾਡੇ ਵਚਨ ਪ੍ਰਭੂ ਜ਼ਬੂਰ 20:4 ਦੇ ਵਿੱਚ ਲਿਖਿਆ, ਉਹ ਤੇਰੇ ਮਨੋਰਥ ਅਨੁਸਾਰ ਤੈਨੂੰ ਦੇਵੇ ਅਤੇ ਤੇਰੇ ਸਾਰੇ ਮਤੇ ਨੂੰ ਪੂਰਾ ਕਰੇਗਾ। ਪ੍ਰਭੂ ਤੁਸੀਂ ਮਨ ਦੀਆਂ ਗਹਿਰਾਈਆਂ ਨੂੰ ਜਾਣਨ ਵਾਲੇ ਪਰਮੇਸ਼ੁਰ ਜੀ। ਤੁਹਾਡੇ ਵਚਨ ਦੇ ਵਿੱਚ ਲਿਖਿਆ ਕਿ ਉਹ ਤੇਰੇ ਮਨੋਰਥ ਅਨੁਸਾਰ ਤੈਨੂੰ ਦੇਵੇਗਾ। ਪ੍ਰਭੂ ਤੁਸੀਂ ਮਨ ਦੇ ਅਨੁਸਾਰ ਹਰੇਕ ਇਨਸਾਨ ਨੂੰ ਹਰੇਕ ਉੱਤਮ ਵਸਤੂ ਪ੍ਰਦਾਨ ਕਰੋਗੇ ਔਰ ਖੁਦਾ ਤੁਸੀਂ ਇਹਨਾਂ ਦੇ ਸਾਰੇ ਮਤਿਆਂ ਨੂੰ, ਜੋ ਵੀ ਇਹਨਾਂ ਦੀ ਯੋਜਨਾ ਪਲੈਨਿੰਗ ਆ, ਮੇਰਾ ਵਿਸ਼ਵਾਸ ਹੈ ਪ੍ਰਭੂ ਤੁਹਾਡਾ ਆਤਮਾ ਸੱਚਮੁੱਚ ਹਰੇਕ ਦੀ ਪਲੈਨਿੰਗ ਨੂੰ ਪੂਰਾ ਕਰੇਗਾ ਮੇਰੇ ਜ਼ਿੰਦਾ ਪਰਮੇਸ਼ੁਰ ਜੀ। ਖੁਦਾ ਜੋ ਲੋਕ ਬਿਮਾਰ ਨੇ ਮੇਰੇ ਜ਼ਿੰਦਾ ਖੁਦਾ ਤੁਹਾਡੇ ਕੋਲੋਂ ਮੰਗਣ ਪਰਮੇਸ਼ੁਰ ਵਚਨ ਨੂੰ ਜਿਹਦੇ ਦੁਆਰਾ ਚੰਗੇ ਹੋ ਸਕਣ ਮੇਰੇ ਜ਼ਿੰਦਾ ਖੁਦਾ ਸੱਚਮੁੱਚ।
ਤੁਸੀਂ ਹਮੇਸ਼ਾ ਪ੍ਰਭੂ ਜੀ ਆਪਣੇ ਬੱਚਿਆਂ ਦੀ ਪੁਕਾਰ ਨੂੰ ਸੁਣਦੇ ਹੋ ਮੇਰੇ ਮਹਾਨ ਪਰਮੇਸ਼ੁਰ ਜੀ। ਖੁਦਾ ਬਾਬ ਸੱਚਮੁੱਚ ਜੋ ਲੋਕ ਸੋਚਦੇ ਨੇ ਕਿ ਇਹ ਕੰਮ ਮੇਰੇ ਕੋਲੋਂ ਨਹੀਂ ਹੋ ਸਕਦਾ, ਤੁਹਾਡੇ ਵਚਨ ਮੱਤੀ 19:26 ਦੇ ਵਿੱਚ ਲਿਖਿਆ, ਤਦ ਯਿਸੂ ਨੇ ਉਹਨਾਂ ਵੱਲ ਵੇਖ ਕੇ ਉਹਨਾਂ ਨੂੰ ਕਿਹਾ, ਇਹ ਮਨੁੱਖਾਂ ਤੋਂ ਤੇ ਅਣਹੋਣਾ ਹੈ ਪਰ ਪਰਮੇਸ਼ੁਰ ਤੋਂ ਸਭ ਕੁਝ ਹੋ ਸਕਦਾ ਹੈ। ਖੁਦਾ ਬਾਬ ਸੱਚਮੁੱਚ ਤੁਹਾਡੇ ਲਈ ਕੋਈ ਵੀ ਕੰਮ ਕਰਨਾ ਮੁਸ਼ਕਲ ਨਹੀਂ ਹੈ। ਮੇਰਾ ਵਿਸ਼ਵਾਸ ਹੈ ਪ੍ਰਭੂ ਤੁਸੀਂ ਅੱਜ ਇਸ ਪ੍ਰਾਰਥਨਾ ਦੇ ਦੌਰਾਨ ਇਹਨਾਂ ਦੀ ਹਰੇਕ ਜ਼ਰੂਰਤ ਨੂੰ ਪੂਰੀਆਂ ਕਰ ਚੁੱਕੇ ਜੀ। ਪ੍ਰਭੂ ਮੇਰਾ ਵਿਸ਼ਵਾਸ ਹੈ ਜੋ ਲੋਕ ਆਮੀਨ ਬੋਲ ਰਹੇ ਹਨ ਜਾਂ ਆਮੀਨ ਲਿਖ ਰਹੇ ਹਨ, ਪ੍ਰਭੂ ਕੇਵਲ ਤੁਹਾਡੇ ਕੋਲੋਂ ਮੰਗੀਆਂ ਵਸਤਾਂ ਨੂੰ ਪਾ ਚੁੱਕੇ ਹਨ ਯਿਸੂ ਦੇ ਨਾਮ ਦੇ ਵਿੱਚ। ਮੇਰੀ ਜ਼ਿੰਦਾ ਖੁਦਾ ਸੱਚਮੁੱਚ ਤੁਸੀਂ ਇੰਤਜ਼ਾਮੀ ਖੁਦਾ ਜੀ, ਇਹਨਾਂ ਦੇ ਲਈ ਪਰਮੇਸ਼ੁਰ ਸੱਚਮੁੱਚ ਤੁਸੀਂ ਹਰੇਕ ਵਸਤੂ ਦਾ ਇੰਤਜ਼ਾਮ ਕਰ ਚੁੱਕੇ ਜੇ। ਮੇਰੀ ਜ਼ਿੰਦਾ ਪਰਮੇਸ਼ੁਰ ਇਹ ਵਚਨ ਇਹਨਾਂ ਦੇ ਜੀਵਨ ਦੇ ਵਿੱਚ ਬਹੁਤ ਸਾਰਾ ਫਲ ਲੈ ਕੇ ਆ ਚੁੱਕੇ ਨੇ, ਮੇਰਾ ਵਿਸ਼ਵਾਸ ਹੈ ਮੇਰੀ ਜ਼ਿੰਦਾ ਪ੍ਰਭੂ ਜੀ। ਔਰ ਖੁਦਾਵੰਦ ਮੈਂ ਤੁਹਾਡੇ ਅੱਗੇ ਪ੍ਰਾਰਥਨਾ ਕਰਦਾ ਖਾਸ ਉਹਨਾਂ ਲੋਕਾਂ ਦੇ ਲਈ ਪ੍ਰਭੂ ਜੋ ਲੋਕ ਇਸ ਪ੍ਰਾਰਥਨਾ ਨੂੰ ਬਹੁਤ ਸਾਰੇ ਦੁਖੀ ਲੋਕਾਂ ਤੱਕ, ਲੋੜਮੰਦ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਉਂਦੇ ਹਨ। ਪਰਮੇਸ਼ੁਰ ਜੀ ਸੱਚਮੁੱਚ ਤੁਹਾਡੇ ਵਚਨ 'ਚ ਲਿਖਿਆ ਕਿ ਜੋ ਲੋਕ ਤੁਹਾਡੇ ਰਾਜ ਦੇ ਕੰਮਾਂ ਨੂੰ ਕਰਦੇ ਹਨ, ਪਰਮੇਸ਼ੁਰ ਜੀ ਧਰਮ ਦੇ ਕੰਮਾਂ ਨੂੰ ਕਰਦੇ ਹਨ, ਇਸ ਪ੍ਰਾਰਥਨਾ ਨੂੰ ਬਹੁਤ ਸਾਰੇ ਲੋਕਾਂ ਤੱਕ ਪਹੁੰਚਾ ਕੇ ਪ੍ਰਭੂ ਤੁਹਾਡੀ ਮਹਿਮਾ ਨੂੰ ਕਰਦੇ ਹਨ, ਤੁਹਾਡੇ ਰਾਜ ਨੂੰ ਅੱਗੇ ਵਧਾਉਂਦੇ ਹਨ। ਪਰਮੇਸ਼ੁਰ ਜੀ ਮੇਰਾ ਵਿਸ਼ਵਾਸ ਹੈ ਪ੍ਰਭੂ ਤੁਸੀਂ ਉਹਨਾਂ ਦੇ ਪਰਿਵਾਰ ਨੂੰ, ਬੱਚਿਆਂ ਨੂੰ ਸਭ ਜਾਤੀਆਂ ਦੇ ਨਾਲੋਂ ਉੱਚੀਆਂ ਕਰੋਗੇ ਯਿਸੂ ਦੇ ਨਾਮ 'ਚ। ਔਰ ਖੁਦਾ ਬਾਪ ਮੈਂ ਤੁਹਾਡੇ ਅੱਗੇ ਪ੍ਰਾਰਥਨਾ ਕਰਦਾ ਪ੍ਰਭੂ ਜੋ ਲੋਕ ਇਸ ਪ੍ਰਾਰਥਨਾ ਦੇ ਦੌਰਾਨ ਆਪਣੇ ਬੀਜ ਨੂੰ, ਆਪਣੇ ਦਸਵੰਧ ਨੂੰ ਤੁਹਾਡੇ ਰਾਜ ਲਈ ਬੀਜ ਰਹੇ ਹਨ, ਪਰਮੇਸ਼ੁਰ ਸੱਚਮੁੱਚ ਇਹਨਾਂ ਨੇ ਤੁਹਾਡੇ ਨਿਯਮ ਨੂੰ ਪੂਰਾ ਕੀਤਾ ਹੈ। ਔਰ ਖੁਦਾ ਬਾਪ ਤੁਸੀਂ ਹੁਣ ਆਪਣੇ ਨਿਯਮ ਨੂੰ ਇਹਨਾਂ ਦੇ ਉੱਪਰ ਪੂਰਿਆਂ ਕਰੋ, ਤੁਸੀਂ ਕਿਹਾ ਦਓਗੇ ਤਾਂ ਤੁਹਾਨੂੰ ਵੀ ਦਿੱਤਾ ਜਾਵੇਗਾ। ਖੁਦਾ ਨੇ ਤੁਹਾਡੇ ਰਾਜ ਲਈ ਬੀਜਿਆ ਹੈ ਔਰ ਖੁਦਾ ਇਹ ਹਜ਼ਾਰ ਗੁਣਾ ਵੱਢਣ ਵਾਲੇ ਬਣ ਜਾਣ, ਤੁਹਾਡੇ ਵਚਨ ਪੂਰੇ ਹੋਣ। ਤੁਸੀਂ ਕਿਹਾ ਮੈਂ ਕਾਸ਼ ਤੋਂ ਖਿੜਕੀਆਂ 'ਚ ਲੋਕੇ ਖੋਲ੍ਹਾਂਗਾ, ਮੈਂ ਇੰਨਾ ਦੇਵਾਂਗਾ ਕਿ ਰੱਖਣ ਦੇ ਲਈ ਜਗ੍ਹਾ ਨਹੀਂ ਹੋਵੇਗੀ। ਮੇਰਾ ਵਿਸ਼ਵਾਸ ਹੈ ਕਿ ਪ੍ਰਭੂ ਤੁਸੀਂ ਆਪਣੇ ਵਚਨਾਂ ਨੂੰ ਇਹਨਾਂ ਦੇ ਉੱਪਰ ਪੂਰੀਆਂ ਕਰ ਚੁੱਕੇ ਯਿਸੂ ਦੇ ਨਾਮ ਦੇ ਵਿੱਚ। ਔਰ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦਾ ਜੋ ਲੋਕ ਪੜ੍ਹਾਈ ਲਈ, ਕੰਮਾਂ ਲਈ ਘਰਾਂ ਤੋਂ ਨਿਕਲ ਰਹੇ ਹਨ, ਰਸਤਿਆਂ 'ਚ ਹਨ, ਪ੍ਰਭੂ ਤੁਹਾਡਾ ਆਤਮਾ ਨੂੰ ਸਹੀ ਸਲਾਮਤ ਉਹਨਾਂ ਦੇ ਘਰਾਂ 'ਚ ਵਾਪਸ ਪਹੁੰਚਾਵੇ। ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ ਮੰਗਦੇ ਹਾਂ, ਆਮੇਨ।